पंजाब पंजाबी ते पंजाबीयत की सेवा करता होया तुहाडा अपना सिटी लाइव चैनल अज तुहानू लेके पहुंचा हलका दाखा दे पिंड नौआबाद दे विच जिथे आम आदमी पार्टी ने लीड की सी 2022 दीआं वोटां नू लेके। आओ आपां गलबात करदे आं हलका दाखा दे पिंड नौआबाद तो जसपाल दे नाल, जो अपन जानकारी देंगे कि आम आदमी पार्टी के जिहड़े वोटर सपोर्टर ने जिन्हां ने जुत्तियां कसाईयां ने ते खाईयां वी ने उन्हां दे हुण की सुपने ने। जसपाल जी आपां तुहाडे नाल गलबात शुरू करिए, उस तो पहले आप आपस में फतेह की सांझ बुला लीए। वाहेगुरु जी का खालसा वाहेगुरु जी की फतेह। जसपाल जी आप गल करिए तुहाडे नाल तुहाडे पिंड दे संबंध में, उस तो पहले जानकारी दिओ कि तुहाडे पिंड दीआं कुल वोटां किन्नियां ने ते आम आदमी पार्टी किहड़े नंबर ते रही। तकरीबन वोटां अपने सारे पिंड दीआं 445 है जी, ते आम आदमी पार्टी अपने पहले नंबर ते रही है जी। जेकर आपां गल करिए तुहाडे पिंड दे विच कमल दैन सिंह कंग हलका इंचार्ज आम आदमी पार्टी दे वोटां तो बाद आए। हाँ जी मैडम जरूर आए। किन्नी वार? एक वार आई। जदों हलका इंचार्ज इत्थे पहुंचे की तुहाडे पिंड दी पंचायत हलका इंचार्ज दा स्वागत करन लई पहुंचे? जरूर जी पहुंचे, सारे ही पहुंचे। तुहानू तुहाडे पिंड दे विच केड़ियां केड़ियां कमियां नज़र आंदियां ने जिहड़ियां तुसी अपने हलका इंचार्ज कमल नैन सिंह कंग जी तो खत्म करवाना चाहते हो? एक अपने मैडम सड़क जाती है इधर बन वाले नू, पहले नंबर ते तो वह होना चाहिए जी। वह रास्ता तकरीबन हैगा 44 फुट का जी, 42 के 44 फुट का ही इत्थे तक, तो ज़्यादा तकरीबन सारा ही एको जिन्ना ही जाए जी। बिच घर भी आउंदे जी, कई घर वाले फिर तुहानू पता कारवाई नहीं करते, कहिंदे भी घर पट नहीं सकते जां कुछ भी, चलो आपां किसे दा घर पटा के भी की लैणा, ते उह सड़क बननी चाहीदी मेन। होर काम जी? होर भी तकरीबन बथेरे काम है जी, अपने पिंड जिम दा भी चाहीदा जी, जिम भी है नहीं गई, इसे करके मुंडे नौजवान नशे ते भी लग रहे जी। ਜਦੋਂ ਮੰਨ ਕੇ ਚਲੋ ਮਨ ਵਿਹਲਾ ਵਾ ਤਾਂ ਤੁਹਾਨੂੰ ਪਤਾ ਹੀ ਸ਼ੈਤਾਨ ਦਾ ਬਈ। ਹਾਂਜੀ ਇਹਦੇ ਕਰਕੇ ਹੀ ਨਸ਼ੇ ਨੂੰ ਮੁੰਡੇ ਲੱਗਦੇ ਜ਼ਿਆਦਾ। ਅਤੇ ਇੱਕ ਚੀਜ਼ ਹੋਰ, ਤੁਸੀਂ ਨਸ਼ੇ ਦੀ ਗੱਲ ਤਾਂ ਕੀਤੀ ਹੈ ਪਰ ਤੁਹਾਡੇ ਪਿੰਡ ਦੇ ਵਿੱਚ ਸਾਨੂੰ ਪਤਾ ਲੱਗਿਆ ਚੋਰੀ ਦੀਆਂ ਵਾਰਦਾਤਾਂ ਵੀ ਬਹੁਤ ਹੋ ਰਹੀਆਂ ਨੇ। ਹਾਂਜੀ ਮੈਡਮ, 30 ਦਿਨ 4 ਦਿਨ ਜ਼ਰੂਰ ਕੋਈ ਨਾ ਕੋਈ ਚੋਰੀ ਹੁੰਦੀ ਹੁੰਦੀ ਹੈ ਜੀ। ਇੱਥੇ ਹੁਣ ਜ਼ਿਆਦਾਤਰ ਤਾਂ ਇੰਜਣ ਖੁੱਲ੍ਹ ਰਹੇ ਜੀ ਪਾਣੀ ਵਾਲੇ। ਤੁਸੀਂ ਆਪਣੇ ਸ਼ਬਦਾਂ ਦੇ ਵਿੱਚ ਦੱਸਿਆ ਕਿ ਜਦੋਂ ਸਰਦਾਰ ਕਮਲ ਨੈਨ ਸਿੰਘ ਕੰਗ ਤੁਹਾਡੇ ਪਿੰਡ ਦੇ ਵਿੱਚ ਪਹੁੰਚੇ ਤਾਂ ਤੁਹਾਡੇ ਪਿੰਡ ਦੀ ਪੰਚਾਇਤ ਵੀ ਇੱਥੇ ਪਹੁੰਚੀ ਸੀ, ਪਰ ਕੀ ਕਾਰਨ ਰਿਹਾ ਕਿ ਜਦੋਂ ਤੁਹਾਡੇ ਪਿੰਡ ਦੇ ਵਿੱਚ ਆਮ ਇਜਲਾਸ ਹੋਇਆ ਤਾਂ ਇੱਥੇ ਪੰਚਾਇਤ ਦਾ ਅਤੇ ਪਿੰਡ ਵਾਲਿਆਂ ਦਾ ਝਗੜਾ ਹੋ ਗਿਆ? ਹਾਂਜੀ ਮੈਡਮ ਝਗੜਾ ਹੋ ਗਿਆ ਸੀ। ਕਾਰਨ ਦੱਸੋ। ਕਾਰਨ ਮੈਡਮ ਇੱਥੇ ਨਾ ਨਰੇਗਾ ਮੇਟ ਪ੍ਰੀਤੀ ਕੌਰ ਸੀਗੀ, ਉਹਨੂੰ ਜਿਹੜੇ ਸੈਕਟਰੀ ਸਾਹਿਬ ਸੀਗੇ ਸ਼ਮਸ਼ੇਰ ਸਿੰਘ, ਉਹਨੇ ਕਹਿਤਾ ਸੀਗਾ ਵੀ 3 ਮਹੀਨਿਆਂ ਦਾ ਆਪਾਂ ਇਹਨਾਂ ਨੂੰ ਟਾਈਮ ਦੇ ਦਿੰਦੇ ਜੀ, ਵੀ 3 ਮਹੀਨੇ ਨੌਕਰੀ ਕਰ ਲੈਣਾ ਵੀ ਇਹ ਮੇਟ 'ਚ, ਅਤੇ ਉਹਦੇ ਚੱਕਰ 'ਚ ਥੋੜ੍ਹਾ ਕਈ ਬੰਦੇ ਤੁਹਾਨੂੰ ਪਤਾ ਹੁੰਦੇ ਆ ਜੀ, ਉਹਨਾਂ ਇੰਨੇ 'ਚ ਲੜਾਈ ਕਰ ਲਈ। ਅਤੇ ਜਿਸ ਮੌਕੇ ਇਹ ਲੜਾਈ ਝਗੜਾ ਹੋਇਆ ਤਾਂ ਤੁਸੀਂ ਇਸ ਲੜਾਈ ਨੂੰ ਖਤਮ ਕਰਨ ਦੀ ਕੋਸ਼ਿਸ਼ ਨਹੀਂ ਕੀਤੀ, ਕਿਉਂਕਿ ਦੇਖਿਆ ਜਾਵੇ ਇਸ ਵਕਤ ਆਮ ਆਦਮੀ ਪਾਰਟੀ ਦੇ ਮੋਢੀ ਤੁਸੀਂ ਹੋ ਪਿੰਡ 'ਚੋਂ? ਹਾਂਜੀ ਮੈਡਮ, ਇਹ ਝਗੜਾ ਖਤਮ ਕਰਨ ਦੀ ਕੋਸ਼ਿਸ਼ ਕੀਤੀ, ਤੁਹਾਨੂੰ ਪਤਾ ਹੀ ਹੈ ਜਦੋਂ ਇਕੱਠ 'ਚ ਹੋਵੇ ਜੀ ਔਖਾ ਹੀ ਛਡਾਉਣਾ ਫਿਰ ਉਹਨਾਂ ਦਾ। ਅਤੇ ਇਸ ਝਗੜੇ ਦੇ ਵਿੱਚ ਕਾਰਵਾਈ ਕੀ ਹੋਈ? ਕਾਰਵਾਈ ਮੈਡਮ MLR ਦੇ ਹਿਸਾਬ ਨਾਲ ਤਾਂ 23-24 ਦਾ ਪਰਚਾ ਹੈਗਾ ਜੀ, ਪਰ ਪੁਲਿਸ ਇੱਕ ਵਾਰ ਨਹੀਂ ਆਈ ਜੀ ਪਿੰਡ। ਕਿਹਨਾਂ ਉੱਤੇ ਹੈ 23-24 ਦਾ ਪਰਚਾ? ਇਹ ਜੀ ਸਰਪੰਚ ਦੇ ਮੁੰਡਿਆਂ 'ਤੇ ਜੀ, 2 ਤੇ, ਅਤੇ 2 ਮੁੰਡੇ ਹੋਰ ਆ ਪਿਓ ਪੁੱਤ ਜੀ। ਇੱਕ ਪਾਸੇ ਤਾਂ ਤੁਸੀਂ ਕਹਿੰਦੇ ਹੋ ਕਿ ਕਮਲ ਨੈਨ ਸਿੰਘ ਕੰਗ ਜੀ ਦੇ ਜਦੋਂ ਇੱਥੇ ਪਹੁੰਚੇ ਤਾਂ ਪੰਚਾਇਤ ਇੱਥੇ ਪਹੁੰਚੀ ਸੀ, ਅਤੇ ਦੂਸਰੇ ਪਾਸੇ ਤੁਸੀਂ ਇਹ ਜਾਣਕਾਰੀ ਦੇ ਰਹੇ ਹੋ ਕਿ ਪਿੰਡ ਦੀ ਜੋ ਮੁਹੱਤਬਰ ਹੈ ਬੀਬੀ, ਉਹਨਾਂ ਦੇ ਬੱਚਿਆਂ ਦੇ ਉਹਨਾਂ ਦੇ ਬੇਟਿਆਂ ਦੇ ਉੱਤੇ ਹੈ ਨਾ ਇਹ FIR ਹੋਈਆਂ ਨੇ, ਕਿ ਪੰਚਾਇਤ ਜਿਹੜੀ ਹੈ ਆਮ ਆਦਮੀ ਪਾਰਟੀ ਦੀ ਜੋ ਕਮੇਟੀ ਤੁਹਾਡੇ ਪਿੰਡੋਂ ਬਣੀ ਹੋਈ ਹੈ ਇਹਨਾਂ ਤੋਂ ਪਰੇਸ਼ਾਨ ਹੈ, ਜਾਂ ਫਿਰ ਆਪਾਂ ਕਹੀਏ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਵਰਕਰ ਨੇ ਪੰਚਾਇਤ ਦੇ ਕੰਮਾਂ ਵਿੱਚ ਅੜਿੱਕਾ ਲਾ ਰਹੇ ਨੇ? ਹਾਂਜੀ ਇੱਦਾਂ ਹੀ ਕਹਿੰਦੇ ਜੀ। ਕੀ ਕਹਿੰਦੇ ਆ? ਕਹਿੰਦੇ ਵੀ ਤੁਸੀਂ ਅੜਿੱਕਾ ਲਾਉਂਦੇ ਸਾਡੇ ਕੰਮਾਂ 'ਚ, ਅਸੀਂ ਸਾਨੂੰ ਆਪਦੇ ਕੰਮ ਆਪਦੇ ਅਨੁਸਾਰ ਕਰਨ ਨੂੰ ਮੌਕਾ ਦਿੱਤਾ ਜਾਵੇ। ਜਦੋਂ ਕਹਿੰਦੇ ਤੁਸੀਂ ਸਰਪੰਚ ਬਣੇ ਤੁਸੀਂ ਆਪਦੇ ਹਿਸਾਬ ਨਾਲ ਕਰ ਲਿਓ, ਪਰ ਆਪਾਂ ਨੂੰ ਪਿੱਛੋਂ ਆਰਡਰ ਜਿਹੜੇ ਹਿਸਾਬ ਨਾਲ ਆਪਾਂ ਤੋਂ ਉਸ ਹਿਸਾਬ ਨਾਲ ਹੀ ਗੱਲ ਕਰਨੀ ਜੀ। ਕਹਿਣ ਤੋਂ ਭਾਵ ਇਹ ਕਿ ਤਲਵੰਡੀ ਨੌਆਬਾਦ ਨੇ ਆਲਰੇਡੀ ਪਹਿਲਾਂ ਹੀ ਡਿਸਾਈਡ ਕਰ ਲਿਆ ਕਿ ਆਮ ਆਦਮੀ ਪਾਰਟੀ ਦੀ ਕਮੇਟੀ ਦੇ ਜੋ ਪ੍ਰਧਾਨ ਨੇ ਆਉਣ ਵਾਲੇ ਸਮੇਂ 'ਚ ਉਹਨਾਂ ਨੂੰ ਸਰਪੰਚੀ ਦੇ ਦੇਣੀ ਆ? ਨਹੀਂ ਇਹ ਹਲੇ ਇਹਦੇ ਬਾਰੇ ਹਲੇ ਕੋਈ ਨੌਲੇਜ ਨਹੀਂ ਆਪਾਂ ਨੂੰ ਜੀ। ਆਪਾਂ ਐਵੇਂ ਕਹਿ ਦਈਏ ਵੀ ਆਪਾਂ ਸਰਪੰਚ ਬਣ ਜਾਵਾਂਗੇ ਜੀ, ਜਦੋਂ ਆਊਗਾ ਟਾਈਮ ਉਦੋਂ ਦੇਖਾਂਗੇ ਜੀ। ਨਹੀਂ ਤੁਸੀਂ ਆਪਣੇ ਸ਼ਬਦਾਂ ਦੇ ਵਿੱਚ ਇਹ ਗੱਲ ਕਹੀ ਹੈ ਨਾ, ਚਲੋ ਆਪਾਂ ਤੁਹਾਡੇ ਨਾਲ ਦੂਸਰੀ ਗੱਲ ਕਰਦੇ ਹਾਂ।
पिंड की पंचायत दे मेट के संबंध के मेट की जी परेशानी है तो आती है जो मनरेगा दे वर्कर तनखाहों के घपले होंगे ने कि तुहाडे पिंड दे मनरेगा वर्कर तनखाहों में कोई घपले ने बहुत ज़्यादा जी जे बंदे आप देखते हैं रोज़ जाते काम से उन्होंने दिहाड़ियाँ है सिर्फ 20-22 तो जेडे आप कदे जाते ही नहीं देखे जी उन्होंने घट्टो घट 100-100 दिहाड़ियाँ है ये कहते हैं भी इदा छिडा के पैसे पवाए आते असी सैकटरी साहब एक तेजिंद्र सिंह जी उन्हों तो पूछा जी वह कहता छिडा के पैसे बच्चे नहीं आ सकती जी तो उदो फिर सरपंच सैड सूट में भज गए जी देखा कर गई एक हिसाब का तो तेजिंद्र सिंह सैकटरी साहब सके जी वह कहें भी सके जी आप मूँह कह के गए भी इतने बहुत घपले हुए जी हूँ तक पर आप अगे तो सही तरीके चलना जी जेकर आप गल करिए आम आदमी पार्टी की 2022 दियां चोणां दे विच तुहाडे पिंड ने आम आदमी पार्टी ने इत्थों लीड दित्ती ओ लीड कमल नैन सिंह कंग करके आई है या मुख्यमंत्री का चेहरा भगवंत मान करके ए जी दोनों करके ला लो जी क्योंकि भगवंत मान साहब करके भी हैगा जी तो कमल नैन कंग साहब बाकी हरेक ईमानदार बंदा चुनदा जी तुहानू पता ही है जी तो अंत के सिटी लाइव चैनल के जरिए तुहाडे हलका इंचार्ज सरदार कमल नैन सिंह कंग जी नूं तुसीं पिंड दे संबंध विच की कहना चाहते हो आप तो जी कंग साहब नूं इह कहिंदे जी भी अपने पिंड च सुधार आना चाहिए जी गलियां नालियां सारा कुछ सैट होना चाहिए जी एक तो नशे का बंद होना चाहिए जी इहदे नाल चोरियां भी खत्म होणगियां जी ठीक है जी तो दूजा प्रिश्ट आह पिंड का भी विकास होगा जी आने वाले समय के देखते हैं कि मुख्यमंत्री सरदार भगवंत सिंह मान के रंगला पंजाब का सुपना साकार करन दे विच हलका इंचार्ज सरदार कमल नैन सिंह कंग पिंड तलवंडी नौबाद के विच किस प्रकार नशे नू नकेल पा